ਦੋਸਤੋ ਮੈਂ ਹਰਕੀਰਤ ਸਿੰਘ ਅੱਜ ਇੱਕ ਫੇਰ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਸਿੰਪਲੀ ਗ੍ਰੇਟਸ ਦਾ ਸਿੰਪਲੀ ਗ੍ਰੇਟਸ ਦਾ ਇਸ ਐਪੀਸੋਡ ਵਿੱਚ ਆਪਾਂ ਗੱਲ ਕਰਾਂਗੇ ਗੁਰਸ਼ਨ ਸਿੰਘ ਜੀ ਵਾਰੇ ਜਿਹੜੇ ਕਿ ਬਹੁਤ ਉੱਗੇ ਪੰਜਾਬੀ ਥੀਏਟਰ ਡਾਇਰੈਕਟਰ ਹੋਏ ਨੇ ਤੇ ਲੋਕਾਂ ਨੂੰ ਲੋਕ ਉਹਨਾਂ ਨੂੰ ਪਿਆਰ ਨਾਲ ਭਾਜੀ ਸੱਧਿਆ ਕਰਦੇ ਸੀ ਸੋ ਅੱਜ ਇਸ ਸਾਰੇ ਡਿਸਕਸ਼ਨ ਦੇ ਵਿੱਚ ਚਰਚਾ ਦੇ ਵਿੱਚ ਮੇਰੇ ਨਾਲ ਮੇਰਾ ਸਾਥ ਦੇਣਗੇ ਮਲੂਖ ਸਿੰਘ ਜੀ ਕਾਲੋਂ ਸੋ ਸਰ ਤੁਹਾਡਾ ਸਵਾਗਤ ਹੈ ਹਮ ਸ੍ਰੀ ਕਾਲ ਜੀ ਪੰਜਾਬ ਸਟਾਰ ਦੇ ਦਰਸ਼ਕਾਂ ਨੂੰ ਸੋ ਸ੍ਰੀ ਕਾਲਦਾਵ ਨਮਸਕਾਰ ਮਲੁਖ ਸਿੰਘ ਜੀ ਸ਼ਾਇਦ ਆਪਾਂ ਜਦੋਂ ਇਸ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀ ਮੈਂ ਪ੍ਰੋਗਰਾਮ ਤੋਂ ਪਹਿਲਾਂ ਕਿ ਗੁਰシャン ਸਿੰਘ ਜੀ ਕਿੰਨੇ ਉਹਨਾਂ ਦੇ ਜੀਵਨ ਬਾਰੇ ਆਪਾਂ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਹੈ ਔਰ ਪਹਿਲਾਂ ਤਾਂ ਮੈਨੂੰ ਇਹ ਚੀਜ਼ ਮਲੁਖ ਸਿੰਘ ਜੀ ਦੱਸੋ ਕਿ ਤੁਹਾਡਾ ਉਹਨਾਂ ਦੇ ਨਾਲ ਕਿੰਨਾ ਕੁ ਵਾਪਿਆ ਜਾਂ ਤੁਸੀਂ ਉਹਨਾਂ ਬਾਰੇ ਕਿੰਨਾ ਕੁ ਪੜ੍ਹਿਆ ਔਰ ਸਭ ਤੋਂ ਇੰਪੋਰਟੈਂਟ ਕਿ ਉਹਨਾਂ ਨੂੰ ਬਾਜੀ ਕਿਉਂ ਕਹਿੰਦੇ ਸੀ ਪਿਆਰ ਦੇ ਨਾਲ ਰਕੀਰਜੀ ਗੱਲ ਇਹ ਆ ਕਿ ਮੈਂ ਵੈਸੇ ਉਸ ਸਖਸੀਅਤ ਤੋਂ ਬਹੁਤ ਜ਼ਿਆਦਾ ਇੰਪ੍ਰੈਸਿਵ ਸੀ ਹਾਂਜੀ ਮੈਂ ਲਗਭਗ ਪੰਜਾਬ ਚ ਜਿਸ ਦੌਰ ਦੇ ਵਿੱਚ ਆਪਾਂ ਜਵਾਨੀ ਚ ਆਉਂਦੇ ਆ ਹਾਂਜੀ ਉਸ ਦੌਰ ਦੇ ਵਿੱਚ ਹੀ ਬਾਜੀ ਗਰਸ਼ਨ ਦੇ ਨਾਟਕਾਂ ਬਾਰੇ ਉਹਨਾਂ ਨੂੰ ਪੜਨ ਬਾਰੇ ਕਿਉਂਕਿ ਮੇਰੇ ਜਿਹੜੇ ਵੱਡੇ ਬ੍ਰਦਰ ਡਾਕਟਰ ਅਨੂਪ ਸਿੰਘ ਸੀ ਉਹਨਾਂ ਦੇ ਨਾਲ ਉਹਨਾਂ ਦੇ ਬਹੁਤ ਹੀ ਇਹ ਨਿਗਦੀਸ਼ਟ ਸਬੰਧ ਸੀ ਬੜੇ ক্লোਜ਼ਬੰਧ ਸੀ ਅੱਛਾ ਜੀ ਉਹ ਸਾਡੇ ਅਕਸਰ ਘਰ ਆਉਂਦੇ ਜਾਂਦੇ ਸੀ ਉਟਾਲੇ ਤੇ ਅਸੀਂ ਉਹਨਾਂ ਦੇ ਨਾਟਕ ਜਿਹੜੇ ਆ ਉਹ ਆਪਣੇ ਬਟਾਲੇ ਸ਼ਹਿਰ 'ਚ ਵੀ ਤੇ ਆਪਣੇ ਪਿੰਡ ਵੀ ਹਾਂਜੀ ਉੱਥੇ ਗਰਦਾਸਪੁਰ 'ਚ ਕਰਾਏ ਸੀ ਤੇ ਇਹਨਾਂ ਦੇ ਪਾ ਛੋਕੜ ਬਾਰੇ ਥੋੜਾ ਜਿਹਾ ਤੁਸੀਂ ਚਾਨਣ ਪਾਓ ਇਹ ਪੈਦਾ ਕਿੱਥੇ ਹੋਏ ਤੇ ਬੇਸਿਕਲੀ ਕੀ ਜੀ ਹੈ ਆਪਣਾ ਇਹਨਾਂ ਦਾ ਪਸੂਕ ਜਿਹੜਾ ਆ ਅੱਜ ਕੱਲ ਜਿਹੜਾ ਹੁਣ ਪਾਕਿਸਤਾਨ ਹਾਂਜੀ ਉਹਦਾ ਮਲਤਾਨ ਸਹਿਰ ਬੜਾ ਮਸ਼ਹੂਰ ਆ ਹਮਮ ਮਲਤਾਨ ਸਹਿਰ ਦੇ ਵਿੱਚ ਪੈਦਾ ਹੋਏ 16 ਸਤੰਬਰ 2019 ਨੂੰ ਐ 1929 ਨੂੰ ਸੌਰੀ ਹਾਂਜੀ ਇਹਨਾਂ ਦਾ ਪ੍ਰਵਾਸ ਜਿਹੜਾ ਸੀ ਬੜਾ ਵੈਲ এডਿਕੇਟਿਡ ਸੀ ਤੇ ਬਾਬਾ ਜੀ ਵੀ ਮਿਲਟਰੀ ਅਫਸਰ ਰਹੇ ਉਹ ਜ਼ਮਾਨੇ ਦੇ ਵਿੱਚ ਉਹ ਜ਼ਮਾਨੇ ਦੇ ਵਿੱਚ ਤੇ ਇਹਨਾਂ ਦੇ ਫਾਦਰ ਸਾਹਿਬ ਡਾਕਟਰ ਸੀ ਓਕੇ ਤੇ ਇਹ ਬੜੀ ਇੱਕ ਚੰਗੀ ਖਾਂਦੀ ਪਿੰਦੀ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਹਾਂਜੀ ਤੇ ਇਹਨਾਂ ਨੇ ਭਾਜੀ ਗਰਸ਼ਨ ਸਿੰਘ ਉਹਨਾਂ ਨੇ ਐਮ ਐਸ ਸੀ ਜਿਹੜੀ ਸੀ ਉਹ కెਮਿਸਟਰੀ ਵਿੱਚ ਕੀਤੀ ਸੀ ਅੱਛਾ ਤੇ ਐਕਚੁਅਲੀ ਮੇਰੀ ਸਮਝ ਮੁਤਾਬਕ ਜਿਹੜਾ ਭਾਜੀ ਦਾ ਹੈ ਤਖ਼ਲਸ ਮਿਲਿਆ ਉਹ ਸਤਕਾਰ ਵਜੋਂ ਸਾਡਾ ਮਾਝਾ ਏਰੀਆ ਨਾ ਹਾਂਜੀ ਉਹਦੇ ਵਿੱਚ ਵੱਡੇ ਬਜ਼ੁਰਗ ਨੂੰ ਇਵਨ ਫਾਦਰ ਨੂੰ ਵੀ ਭਾਜੀ ਲਫ਼ਜ਼ ਵਰਤਿਆ ਜਾਂਦਾ ਸੀ ਤੇ ਮੇਰੇ ਸਮਝ ਮੁਤਾਬਕ ਜਿਹੜਾ ਸਾਡਾ ਭਾਜੀ ਦਾ ਕਨਸੈਪਟ ਹੈ ਉਹ ਮਾਝੇ ਦੇ ਵਿੱਚ ਇਹਨਾਂ ਨੂੰ ਸਤਕਾਰ ਵਜੋਂ ਦਿੱਤਾ ਗਿਆ ਕਿਉਂਕਿ ਇਹਨਾਂ ਦਾ ਜਿਆਦਾ ਸਮਾਂ ਜਿਹੜਾ ਇਹਨਾਂ ਦਾ ਪਾਕਿਸਤਾਨ ਦੀ ਵੰਡ ਤੋਂ ਬਾਅਦ ਜਿਹੜੀ ਰਹਿائش ਆ ਉਹ ਅੰਮ੍ਰਿਤਸਰ ਜਾਦਾ ਰਹੀ ਆ ਐ ਅਮਰੋਖ ਜੀ ਦੇਖੋ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦੀ ਪੜ੍ਹਾਈ ਸ਼ੈਡ కెਮਿਸਟਰੀ ਮਾਸਟਰਸ ਉਹਨਾਂ ਨੇ ਕੀਤੀ కెਮਿਸਟਰੀ ਕਮਿਸਟਰਸ ਹੈ కెਮਿਸਟਰੀ ਦੇ ਵਿੱਚ ਕਾਚੀ ਸੋ ਫਿਰ ਉਹ ਪੰਜਾਬ ਗਵਰਨਮੈਂਟ ਵਿੱਚ ਉਹਨਾਂ ਨੇ ਜੌਬ ਕੀਤੀ ਕਾਫੀ ਸਾਲ ਪਾਖੜ ਡੈਮ ਦੇ ਵਿੱਚ ਉਹਨਾਂ ਨੇ ਉਹਨਾਂ ਦਾ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਸੀ ਉਸ ਚੀਜ਼ ਨੂੰ ਸਿਮਿੰਟ ਦੇ ਬਾਰੇ ਉਹ ਉਹਨਾਂ ਨੇ ਜਿਹੜਾ ਸਿਮਿੰਟ ਇੰਡਸਟਰੀ ਦੇ ਵਿੱਚ ਹੈ ਸਿਮਿੰਟ ਦੇ ਰਿਲੇਟਡ ਸਾਰਾ ਕੁਝ ਉਹਨਾਂ ਦੀ ਰਿਸਰਚ ਵੀ ਸੀ ਹਾਂਜੀ ਹਾਂਜੀ ਸੋ ਉਹ ਇੱਕ ਤੇ ਦਾਪਕ ਡਿਕਰੀਆਂ ਦਾ ਕੈਮਿਸਟਰੀ اور ਇੱਕ ਨਾਟਕਕਾਰ ਹੋਣਾ اور ਇੱਕ ਉੱਗੇ ਨਾਟਕਕਾਰ ਬਣ ਜਾਣਾ ਥੀਏਟਰ ਵਿੱਚ ਡਾਇਰੈਕਟ ਕਰਨਾ ਇਹ ਸਾਰਿਆਂ ਦਾ ਸੁਮੇਲ ਜ਼ਿੰਦਗੀ ਚ ਉਹਨਾਂ ਨੇ ਕਿਵੇਂ ਹੋਇਆ ਇਸ ਚੀਜ਼ ਬਾਰੇ ਤੁਸੀਂ ਮੈਨੂੰ ਐਕਚੁਅਲੀ ਉਹ ਬੜੇ ਕ੍ਰੀਏਟਿਵ ਬੰਦੇ ਸੀ ਬੜੇ ਆਗਾ ਵਧੂ ਬੰਦੇ ਸੀ ਪ੍ਰੋਗਰੈਸ ਬੰਦੇ ਸੀ ਪਾਖੜਾ ਡੈਮ ਦੇ ਵਿੱਚ ਜਦੋਂ ਕੰਮ ਕਰਦੇ ਸੀ ਸਰਕਾਰੀ ਜੌਬ ਕਰਦੇ ਸੀ ਉਦੋਂ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਆਈ ਸੀ ਕਿ ਆਪਾਂ ਲੋਕ ਇੰਨੇ ਵੱਡੇ ਬੰਨ ਲਾ ਸਕਦੇ ਆ ਪਾਣੀ ਜਿਹੜਾ ਆ ਉਹਨੂੰ ਰੋਕ ਸਕਦੇ ਆ ਹਾਂਜੀ ਆਪਾਂ ਕਿਉਂ ਨਹੀਂ ਲੋਕਾਂ ਦਾ ਜਿਹੜੇ ਇੱਕ ਸੋਚ ਆ ਉਹਨੂੰ ਚੇਂਜ ਕਰ ਸਕਦੇ ਉਹ ਸੋਚ ਨੂੰ ਬਹਾਰੋਂ ਕਿਉਂ ਨਹੀਂ ਚੇਂਜ ਕਰ ਸਕਦੇ ਬਹੁਤ ਬਹੁਤ ਵਧੀਆ ਜਦੋਂ ਉਹਨਾਂ ਦੇ ਦਿਮਾਗ 'ਚ ਇਹ ਆਈਡੀਆ ਆਇਆ ਤੇ ਉਹਨਾਂ ਨੂੰ ਲੱਗਾ ਕਿ ਜਿਹੜੀ ਕਲਾ ਦੇ ਸਭ ਤੋਂ ਵਧੀਆ ਡਾਇਰੈਕਟ ਲੋਕਾਂ ਦੇ ਨਾਲ ਰابطਾ ਬਣਦਾ ਆ ਉਹ ਨਾਟਕਾਂ ਰਹੀ ਹੋ ਸਕਦਾ ਹਾਂਜੀ ਇਸ ਕਰਕੇ ਉਹਨਾਂ ਨੇ ਇੱਧਰੋਂ ਨਾਲ ਦੀ ਨਾਲ ਆਪਣੇ ਜਦੋਂ ਸੀ ਜਾਬ ਕਰਦਿਆਂ ਨਾਟਕ ਕਰਨੇ ਸ਼ੁਰੂ ਕਰਤੇ ਸੀ ਤੇ ਉਹਨਾਂ ਨੇ ਕਾਫੀ ਨਾਟਕ ਜਿਹੜੇ ਸੀ ਉਹ ਜਿਹੜੀ ਪਿੰਡੂ ਜ਼ਿੰਦਗੀ ਸੀ ਉਹਦੇ ਨਾਲ ਸੰਬੰਧਿਤ ਆਪਣੇ ਵਿਰਸੇ ਨਾਲ ਸੰਬੰਧਿਤ ਉਹਨਾਂ ਨੇ ਹਰ ਕਿਸਮ ਦੇ ਨਾਟਕ ਜਿਹੜੇ ਸੀ ਉਹ ਖੇਡੇ ਪੋਲੀਟੀਕਲ ਵੀ ਉਹਨਾਂ ਨੇ ਕਟਾਕਸ਼ ਕੀਤੀ ਤੇ ਨਾਟਕਾਂ ਬਾਰੇ ਤੇ ਤੁਸੀਂ ਹੈਰਾਨ ਹੋਵੋਗੇ ਕਿ ਮੇਰਾ خیال ਹੈ ਕਿ ਉਹ ਇੱਕ ਇੱਕ ਦਿਨ ਦੇ ਵਿੱਚ ਕਈ ਵਾਰਾਂ ਦੋ ਦੋ ਤਿੰਨ ਤਿੰਨ ਨਾਟਕ ਵੀ ਉਹਨਾਂ ਲੁੱਕੜ ਨਾਟਕ ਪਿੰਡਾਂ ਵਿੱਚ ਜਾ ਕੇ ਕਰਿਆ ਕਰਦੇ ਸੀ ਜਿੱਥੇ ਉਹਨਾਂ ਨੂੰ ਕੋਈ ਬੜੀ ਵੱਡੀ ਸਟੇਜ ਦੀ ਲੋੜ ਨਹੀਂ ਸੀ ਪੈਂਦੀ ਹਾਂਜੀ ਈਵਨ ਜਿਹਨੂੰ ਪੰਜਾਬੀ ਜਿਹਾ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਉਹ ਸ਼ਾਇਦ ਦੇਖੇ ਹੋਣ ਗੱਡਾ ਜਾਂ ਰੇੜੀ ਹਾਂਜੀ ਤੇ ਗੱਡੇ ਰੇੜੀ ਦੇ ਉੱਤੇ ਹੀ ਆਪਣੀ ਸਟੇਜ ਜੜੀ ਸੀ ਉਹ ਲਾਲੀ ਦੇ ਜੀ ਤੇ ਜਿੱਥੇ ਉਹਨਾਂ ਨੂੰ ਕੁਝ ਬੰਦੇ ਮਿਲਦੇ ਸੀ ਉੱਥੇ ਨੁੱਕੜ ਨਾਟਕ ਦੇ ਵਿੱਚ ਥੋੜੇ ਬੰਦਿਆਂ ਦੇ ਵਿੱਚ ਵੀ ਆਪਣੀ ਉਹ ਕਲਾਰਾਂ ਹੀ ਆਪਣਾ ਮੈਸੇਜ ਜਿਹੜਾ ਸੀ ਉਹ ਲੋਕਾਂ ਨੂੰ ਦਿੰਦੇ ਸੀ ਸੋ ਮੈਂ ਇਹ ਸੋਚਦਾ ਕਿ ਸ਼ਾਇਦ ਉਹ ਡਾਇਰੈਕਟ ਉਹਨਾਂ ਲੋਕਾਂ ਨਾਲ ਜੁੜਨਾ ਚਾਹੁੰਦੇ ਸੀ ਕਿ ਜਿਨ੍ਹਾਂ ਨਾਲ ਹੋਰ ਕੋਈ ਮਾਧਿਅਮ ਨਹੀਂ ਸੀ ਉਸ ਜ਼ਮਾਨੇ ਦੇ ਵਿੱਚ ਅਨੈਚਰਲੀ ਮਾਧਿਅਮ ਵੀ ਹੈ ਕਿ ਇੱਕ ਤੇ ਜਿਹੜੀਆਂ ਸਾਡੀਆਂ ਮੰਨ ਲਓ ਫਿਲਮ ਇੰਡਸਟਰੀ ਆ ਹਾਂਜੀ ਉਹਦੇ ਵਿੱਚ ਕੰਮ ਲੋਕਾਂ ਨੂੰ ਦੇਖਣ ਦੇ ਲਈ ਇੱਕ ਤੇ ਆਪਣਾ ਉਹਨਾਂ ਸਮਿਆਂ ਦੇ ਵਿੱਚ ਸ਼ੈਅਰ ਸੀ ਥੀਏਟਰ ਵਗੈਰਾ ਉੱਥੇ ਜਾਣਾ ਪੈਂਦਾ ਹੋਊਗਾ ਹਾਂ ਹਾਂ ਤੇ ਉਹ ਜਿਹੜਾ ਸੀ ਕਿ ਉਹ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਸੀ ਜਿਹੜੇ ਲੋਕ ਬਿਲਕੁਲ ਹੀ ਬੜੇ ਪਛੜੇ ਹੋਏ ਸਮਾਜ ਸੀ ਚਾਹੇ ਉਹ ਸਮਾਜਿਕ ਤੌਰ ਤੇ ਪਛੜੇ ਹੋਏ ਸੀ ਚਾਹੇ ਆਰਥਿਕ ਤੌਰ ਤੇ ਪਛੜੇ ਹੋਏ ਸੀ ਹਾਂਜੀ ਕਿ ਉਹ ਸ਼ਹਿਰਾਂ 'ਚ ਜਾ ਕੇ ਪੈਸਾ ਖਰਚ ਕਰਕੇ ਕੋਈ ਆਪਣੀ ਐਂਟਰਟੇਨਮੈਂਟ ਕਰਨੀ ਉਸ ਟੈਂਸ਼ਨ ਮਾਹੌਲ ਵੀ ਇਸ ਤਰ੍ਹਾਂ ਸੀ ਕਿ ਕੋਈ ਸਹੂਲਤਾਂ ਵੀ ਨਹੀਂ ਹੈ ਸੀ ਸਹੂਲਤਾਂ ਵੀ ਨਹੀਂ ਸੀ ਹੈਗੀਆਂ ਕੀ ਕੋਈ ਥੀਏਟਰ ਜਾ ਕੇ ਬੰਦਾ ਥੀਏਟਰ ਵਿੱਚ ਦੇਖੇ ਥੀਏਟਰ ਵਿੱਚ ਜਾ ਕੇ ਦੇਖ ਔਰ ਵੈਸੇ ਵੀ ਮਲੂਕ ਸਿੰਘ ਜੀ ਮੈਂ ਇਹ ਚੀਜ਼ ਨੂੰ ਫੀਲ ਕੀਤਾ ਕਿ ਪੰਜਾਬ ਦੇ ਵਿੱਚ ਜੋ ਪੰਜਾਬ ਕਲਚਰ ਦੇ ਵਿੱਚ ਥੀਏਟਰ ਦਾ ਬਹੁਤ ਵੱਡਾ ਕੋਈ ਲੋਕਾਂ ਦੀ ਪਹੁੰਚ ਨਹੀਂ ਹੈਗੀ ਹੈ ਔਰ ਬਹੁਤ ਇੰਟਰਸਟਿਡ ਵੀ ਨਹੀਂ ਹੋਣਗੇ ਜਿੰਨੇ ਵੀ ਆਪਾਂ ਦੇਖਿਆ ਵੀ ਕਿੰਨੇ ਕਿ ਥੀਏਟਰ ਕਲਾਕਾਰ ਹੋਏ ਨੇ ਜਾਂ ਕਿੰਨੇ ਕਿ ਚਿਰ ਡਾਇਰੈਕਟਰ ਹੋਏ ਨੇ ਜੇ ਆਪਾਂ ਸਾਰੇ ਪੰਜਾਬ ਵਿੱਚ ਗੱਲ ਕਰੀਏ ਸੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਥੀਏਟਰ ਦਾ ਡਿਪਾਰਟਮੈਂਟ ਹੈ ਜਾਂ ਆਪਾਂ ਦੀ ਜੀਐਨਡੀਓ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵੀ ਕੋਈ ਥੀਏਟਰ ਦਾ ਡਿਪਾਰਟਮੈਂਟ ਹੋਏਗਾ ਸੋ ਇਹ ਬਹੁਤ ਔਰ ਲਿਮਟਿਡ ਜਿਹੜਾ ਸੀ ਥੀਏਟਰ ਦੇ ਨਾਲ ਲੋਕ ਜੁੜੇ ਹੋਏ ਸੀ ਨੇਚੁਰਲੀ ਨੇਚੁਰਲੀ ਪਰ ਉਹਦਾ ਇੱਕ ਕਲਾਕਾਰ ਜੀ ਇੱਥੇ ਮੰਨਣੀ ਪਊਗੀ ਹਾਂਜੀ ਕਿ ਭਾਜੀ ਗੁਰਸ਼ਰਨ ਸਿੰਘ ਇੱਕ ਸੰਸਥਾ ਦੇ ਤੌਰ ਦੇ ਉੱਥੇ ਵਿਚਰੇ ਹਾਂਜੀ ਅੱਜ ਜੇ ਆਪਾਂ ਪ੍ਰਾਊਡਲੀ ਕਹਿਣਾ ਹੋਏ ਅੱਜ ਤੇ ਜਿਹੜਾ ਪੰਜਾਬ ਦਾ ਥੀਏਟਰ ਕਲਚਰ ਆ ਉਹ ਬਹੁਤ ਤੇਜ਼ੀ ਦੇ ਨਾਲ ਐਡਵਾਂਸ ਹੋਇਆ ਬਹੁਤ ਤੇਜ਼ੀ ਦੇ ਨਾਲ ਵਧਿਆ ਅੱਜ ਉੱਥੇ ਸੈਂਕੜੇ ਜਿਹੜੇ ਕਲਾਕਾਰtheta ਦੇ ਵਿੱਚ ਨਾਲ ਜੁੜੇ ਪਿਛਲੇ 20 25 ਸਾਲਾਂ ਵਿੱਚ ਜਿਆਦਾ ਥੋੜੇ ਸਮੇਂ ਦੇ ਵਿੱਚ ਪਿਛਲੇ 20 ਸਾਲਾਂ ਦੀ ਆਪਾਂ ਗੱਲ ਕਰੀ। ਸ਼ਰਨ ਸਿੰਘ ਨੇ ਉਹਦੇ ਵਿੱਚ ਇੱਕ ਬਹੁਤ ਵੱਡਾ ਇਹਨੂੰ ਕਹਿ ਸਕਦੇ ਆ ਇਨਕਲਾਬ ਲੰਦਾ ਕਿ ਅੱਜ ਕੋਈ ਵੀ ਜਿਹੜਾ ਕਲਾਕਾਰ ਆ ਉਹ ਇਹ ਨਹੀਂ ਕਹਿ ਸਕਦਾ ਉਹ ਭਾਜੀਕਰ ਸ਼ਰਨ ਤੋਂ ਪ੍ਰਭਾਵਿਤ ਨਹੀਂ ਹੋਇਆ ਤੇ ਚਾਹੇ ਉਹ ਕੇਵਲ ਧਾਲੀਵਾਸੀ ਚਾਹੇ ਉਹ ਹੰਸਾ ਸਿੰਘ ਹੋਣੀ ਸੀ ਚਾਹੇ ਡਾਕਟਰ ਸਹਿਬ ਸਿੰਘ ਹੋਣੀ ਸੀ ਇਵਨ ਅ ਨੀਤਾ subdivisions ਹੋਣੀ ਹਾਂਜੀ ਬਹੁਤ ਹੋਰ ਵੀ ਜਿਹੜੇ ਕਲਾਕਾਰ ਨੇ ਉਹ ਬਾਜੀ ਦੇ ਤੋਂ ਪ੍ਰਭਾਵਿਤ ਹੋਏ ਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਉਹਨਾਂ ਨੇ ਬਹੁਤ ਘੱਟ ਪੈਸਿਆਂ ਦੇ ਨਾਲ ਇਹ ਆਪਣੀ ਜਿਹੜੀ ਸੀ ਉਹ ਕਲਾ ਦੇ ਰਾਈ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿੰਨੂੰ ਆਪਾਂ ਕਮੀਆਂ ਦੇ ਵਿੜੇ ਕਹਿੰਦੇ ਆ ਉੱਥੇ ਉਹ ਉਹਨਾਂ ਨਾਟਕ ਕੀਤੇ ਜਾ ਕੇ ਦੀ ਅਮਰਕ ਸਿੰਘ ਜੀ ਇਹ ਵੀ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ 1975 ਤੋਂ ਲੈ ਕੇ 77 ਦੇ ਵਿੱਚ ਤੱਕ ਉਹ ਜੇਲ੍ਹ ਵੀ ਗਏ ਜਦ ਐਮਰਜੈਂਸੀ ਹਾਂ ਨਹੀਂ 75 ਹਾਂ 75 ਤੋਂ ਲੈ ਕੇ 77 ਤੱਕ ਹਾਂ ਜਸ ਜਸ ਐਮਰਜੈਂਸੀ ਦੇ ਵਿੱਚ ਜਦੋਂ ਲੱਗੀ ਆ 75 ਦੇ ਵਿੱਚ ਹਾਂਜੀ ਉਹ ਐਕਚੁਅਲੀ ਆਪਣੇ ਨਾਟਕਾਂ ਦੇ ਰਾਹੀਂ ਇਹ ਮੈਸੇਜ ਦਿੰਦੇ ਸੀ ਤੇ ਉਸ ਮੈਸੇਜ ਨੂੰ ਜਿਹੜੀ ਉਸ ਹਕੂਮਤ ਸੀ ਉਹ ਪ੍ਰਵਾਨ ਨਹੀਂ ਕਰਦੀ। ਉਹ ਬੜੇ ਹੈਰਾਨੀ ਦੀ ਗੱਲ ਆ ਕਿ ਗਿਆਨੀ ਜੈਲ ਸਿੰਘ ਜਿਹੜਾ ਉਸ ਟਾਈਮ ਪੰਜਾਬ ਦੇ ਅੱਗੇ ਲੀਡਰ ਸੀ ਕਾਂਗਰਸ ਦੇ ਉਹ ਖੋਦੇ ਦਾ ਨਾਟਕ ਵੇਖਣ ਜੰਮੂ ਗਏ ਸੀ। ਪਰ ਜਦੋਂ ਨਾਟਕ ਵੇਖਣ ਤੋਂ ਬਾਅਦ ਐਮਰਜੈਂਸੀ ਡਿਕਲੇਅਰ ਹੋ ਗਈ ਤੇ ਫੇਰ ਇਹਨੂੰ ਗ੍ਰਿਫਤਾਰੀ ਵੀ ਜਿਹੜੀ ਸੀ ਉਸੇ ਸਮੇਂ ਚ ਉਹਨਾਂ ਦੀ ਹੁੰਦੀ ਆ। ਉਹ ਐਮਰਜੈਂਸੀ ਦੇ ਵਿੱਚ ਜੇਲ ਰਹਿ ਪਰ ਜਿਹੜਾ ਜੱਜ ਸੀ ਉਹਨੇ ਬੜਾ ਇੱਕ ਕਟਾਕਸ਼ ਕੀਤਾ ਸੀ ਕਿ ਪਾਜੀ ਦੇ ਉੱਤੇ ਇੱਕ ਦੋਸ਼ ਲੱਗਾ ਸੀ ਕਿ ਕਿਦੇ ਬੰਬ ਬਲਾਸਟ ਕਰਨਾ ਚਾਹੁੰਦੇ ਸੀ ਇਸ ਕਰਕੇ ਇਹਨਾਂ ਨੂੰ ਆਪਾ ਉਹ ਅੰਤ ਤੱਕ ਜਿਹੜਾ ਬੰਦਾ ਡੈਮ ਬਣਾਉਂਦਾ ਜਿਹੜਾ ਬੰਦਾ ਕੰਸਟਰਕਟਿਵ ਵਰਤ ਕਰਦਾ ਇਹੋ ਜਿਹਾ ਬੰਦਾ ਘਟੋ-ਘਟਾ ਇਦਾਂ ਨਹੀਂ ਸੋਚ ਸਕਦਾ ਸੋ ਪੋਲਿਟਿਕਲ ਉਹਨਾਂ ਦਾ ਜੋ ਝੁਕਾਅ ਸੀ ਜਾਂ ਪੋਲਿਟਿਕਲ ਲੋਕ ਐਕਟਿਵ ਰਹੇ ਜਾਂ ਨਹੀਂ ਰਹੇ ਜਾਂ ਕਿਦਾਂ ਇਹ ਸੀ ਅਵਕੋ ਪੋਲੀਟਿਕਲੀ ਉਹ ਓਪਨਲੀ ਪੋਲੀਟਿਕਲ ਹੈ ਸੀ ਉਹ ਕਹਿੰਦੇ ਸੀ ਕਿ ਦੋ ਕਲਾਸਾਂ ਦੀ ਲੜਾਈ ਹੈਗੀ ਹੈ ਇੱਕ ਹੈਵ ਵਾਲੀ ਤੇ ਇੱਕ ਹੈਵ ਨਾਟ ਵਾਲੀ ਲੜਾਈ ਹੈ ਤੇ ਉਹ ਇਰਾਨੀਆਂ ਤੌਰ ਤੇ ਕਹਿੰਦੇ ਸੀ ਕਿ ਮੈਂ ਹੈਵ ਨਾਟ ਦੇ ਨਾਲ ਖੜਾ ਆ ਕਿ ਪੋਲੀਟਿਕਸ ਜਿਹੜੀ ਹੈ ਦੋ ਕਿਸਮ ਦੀ ਹੈ ਇੱਕ ਜਾਂ ਅਮੀਰਾਂ ਦੀ ਹੈ ਜਾਂ ਗਰੀਬਾਂ ਦੀ ਉਹਦੇ ਵਿੱਚ ਉਹਨਾਂ ਨੇ ਕੋਈ ਲੋਕ ਲੁਕਾ ਨਹੀਂ ਰੱਖਿਆ ਤੇ ਉਹਦੇ ਵਿੱਚ ਉਹ ਇਰਾਨੀਆਂ ਤੌਰ ਤੇ ਕਹਿੰਦੇ ਸੀ ਕਿ ਮੈਂ ਇਹੋ ਜੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦਾ ਜਿਦੇ ਵਿੱਚ ਅਮੀਰ ਗਰੀਬ ਦਾ ਪਾੜਾ ਨਾ ਰਵੇ ਤੇ ਹਰ ਬੰਦੇ ਨੂੰ ਉਹਨੂੰ ਆਜ਼ਾਦੀ ਹੋਵੇ ਉਹਨੂੰ ਆਰਥਿਕ ਬਰਾਬਰਤਾ ਦਾ ਹੱਕ ਹੋਵੇ ਹਾਂਜੀ ਉਹਨੂੰ ਆਰ ਕਹਿੰਦੀ ਉਹ ਇੱਕ ਬਹੁਤ ਵੱਡਾ ਜੀਨੀਅਸ ਬੰਦਾ ਸੀ ਉਹਦੀਆਂ ਨਾਟਕ ਹੀ ਨਹੀਂ ਉਹ ਰਾਈਟਰ ਵੀ ਸੀ ਹੈਨਾ ਉਹ ਰਾਈਟਰ ਵੀ ਸੀ ਉਹਨਾਂ ਨਾਟਕ ਲਿਖੇ ਵੀ ਔਰ ਅਗਲੀ ਗੱਲ ਹਰ ਕੀਰਤੀ ਜੀ ਬੜੀ ਉਹਨਾਂ ਦੀ ਮਾਣਯੋਗ ਹੈ ਕਿ ਜਿਹੜਾ ਉਹਨਾਂ ਨੇ ਬੁੱਕ ਕਲਚਰ ਨੂੰ ਪੰਜਾਬ ਦੇ ਵਿੱਚ ਖੜਿਆ ਉਹ ਖੁਦ ਕਿਤਾਬਾਂ ਜਿਹੜੀਆਂ ਸਸhtੀਆਂ ਸੀ ਉਹ ਪਬਲਿਸ਼ ਕਰੰਦੇ ਸੀ ਤੇ ਲੋਕਾਂ ਦੇ ਵਿੱਚ ਉਹ ਘੱਟ ਰੇਟਾਂ ਦੇ ਲੋਕਾਂ ਨੂੰ ਪਹੁੰਚਾਉਂਦੇ ਸੀ ਅੱਛਾ ਜੀ ਹਾਂ ਔਰ ਅਗਲੀ ਗੱਲ ਇਹ ਆ ਕਿ ਜਿਹੜੀ ਸ਼ਾਇਦ ਸਾਡੇ ਸਰੋਤਿਆਂ ਨੂੰ ਨਾਂ ਪਤਾ ਹੋਵੇ ਹਾਂਜੀ ਕਿ ਭਾਜੀ ਗੁਰਸ਼ਰਨ ਸਿੰਘ ਦੀ ਬਦੌਲਤ ਪੰਜਾਬ ਦੇ ਵਿੱਚ ਜਿੰਨਾ ਤੱਕ ਮੇਰੀ ਸਮਝ ਹੈਗੀ ਆ ਪਹਿਲਾਂ ਜਿਹੜੇ ਸਾਡੇ ਸਰਟੀਫਿਕੇਟ ਹੁੰਦੇ ਸੀ ਐਜੂਕੇਸ਼ਨ ਦੇ ਉਹਦੇ ਵਿੱਚ ਸਿਰਫ ਫਾਦਰ ਦਾ ਨਾਮ ਹੁੰਦਾ ਸੀ ਹਾਂਜੀ ਮਲੂਕ ਸਿੰਘ ਸਨ ਅਫਸਰ ਦਾ ਦਰਸ਼ਨ ਸਿੰਘ ਪਰ ਪਾਜੀ ਨੇ ਕਹਿੰਦਾ ਹੈ ਕਿ ਆ ਕਿ ਔਰਤਾਂ ਵੀ ਬਰਾਬਰ ਦੀਆਂ ਹੱਕਦਾਰ ਨੇ ਤੇ ਉਹਦੇ ਵਿੱਚ ਮਦਰ ਦਾ ਨਾਮ ਕਿਉਂ ਨਹੀਂ ਆਉਂਦਾ ਉਹ ਮਦਰ ਦਾ ਨਾਮ ਵੀ ਪਾਜੀ ਅਕਸਰ ਸਿੰਘ ਨੇ ਐਡ ਕਰਾਇਆ ਤੇ ਪਾਜੀ ਕਰਿਸ਼ਨ ਸਿੰਘ ਦੀ ਇੱਕ ਹੋਰ ਮੈਨੂੰ ਗੱਲ ਬਹੁਤ ਵਧੀਆ ਲੱਗੀ ਕਿ ਸਾਡੇ ਪੰਜਾਬੀ ਕਸਤਰ ਦੇ ਵਿੱਚ ਨਾ ਤੁਸੀਂ ਆਮ ਵੇਖਿਆ ਹੋਊਗਾ ਤੁਸੀਂ ਤੇ ਖੈਰ ਸ਼ਹਿਰੀ ਬੜੇ ਹੋਗੇ ਕਿ ਜਿਹੜੀ ਗਾਲ ਆ ਉਹ ਬਹੁਤ ਕੱਢ ਜਾਂਦੇ ਆ ਹਾਂਜੀ ਐਵੇਂ ਸੱਜਣਾ ਮਿੱਤਰਾਂ ਯਾਰਾਂ ਦੋਸਤਾਂ ਨੂੰ ਵੀ ਜਦੋਂ ਗੱਲਬਾਤ ਕਰਦੇ ਆ ਉਦੋਂ ਗਾਲ ਨਾ ਸਬੋਧਨ ਕਰਦੇ ਤੇ ਭਾਜੀ ਇਸ ਗੱਲ ਦੇ ਬੜੇ ਸਖਤ ਅੰਗੇਸ਼ ਸੀ ਉਹ ਕਲ ਚਾਹੁੰਦੇ ਸੀ ਕਿ ਤੁਸੀਂ ਮਾਵਾ ਧੀਆਂ ਭੈਣਾਂ ਦੀਆਂ ਗਾਲਾਂ ਜਿਹੜੀਆਂ ਨੇ ਉਹ ਕਿਉਂ ਕੱਢਦੇ ਜੇ ਕਿ ਜਦੋਂ ਤੁਹਾਡੀ ਲੜਾਈ ਜਾਂ ਗੁੱਸਾ ਤੁਹਾਡਾ ਆਪਸ ਵਿੱਚ ਹੋਵੇ ਤੇ ਤੁਸੀਂ ਗਾਲ ਜਿਹੜੀ ਆ ਉਹ ਮਾਂ ਧੀ ਭੈਣ ਨੂੰ ਜਾਂਦੀ ਆ ਤੇ ਉਹ ਇਹ ਵੀ ਇਦਾਨੀਆਂ ਤੌਰ ਤੇ ਕਹਿੰਦੇ ਸੀ ਕਿ ਇਹ ਜਿਹੜੀ ਆ ਇਹ ਟੋਟਲ ਗਲਤ ਗੱਲ ਹੈ ਗਲਤ ਗੱਲ ਹੈ ਇਹ ਬੰਦ ਹੋਣੀ ਚਾਹੀਦੀ ਲੋਕ ਜੀ ਆਪਾਂ ਬ੍ਰੇਕ ਟਾਈਮ ਦਾ ਸਾਡਾ ਵਕਤ ਹੋ ਗਿਆ ਆਪਾਂ ਦੁਬਾਰਾ ਆਉਨੇ ਆਂ ਦਰਸ਼ਕੋ ਇੱਕ ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਆਂ ਕਿਤੇ ਨਾ ਜਾਇਓ ਔਰ ਇਸ ਤਰ੍ਹਾਂ ਲੁਕ ਸਿੰਘ ਜੀ ਨਾਲ ਆਪਾਂ ਹੋਰ ਗੁਰਸ਼ੰਗ ਸਿੰਘ ਜੀ ਬਾਰੇ ਕਾਫੀ ਟੋਟਲ ਜਾਣਕਾਰੀ ਦੇ ਹੀ ਹਾਜ਼ਰ ਕਰਾਂਗੇ ਦਰਸ਼ਕੋ ਫਿਰ ਇੱਕ ਵਾਰ ਸਵਾਗਤ ਹੈ ਸਿੰਪਲੀ ਗੇਟ ਵਿੱਚ ਤੁਹਾਡਾ ਆਪਾਂ ਗੱਲ ਕਰ ਰਹੇ ਆਂ ਪਾਜੀ ਗੁਰਸ਼ਰਨ ਸਿੰਘ ਜੀ ਦੀ ਉਗੇ ਥੀਏਟਰ ਡਾਇਰੈਕਟਰ ਜੋ ਹੋਏ ਨੇ ਸੋ ਉਹਨਾਂ ਦੇ ਜੀਵਨ ਬਾਰੇ ਮਲੂਕ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਦੇ ਬਾਰੇ ਆਪਾਂ ਹੋਰ ਜਾਣਕਾਰੀ ਲੈਣੇ ਆਂ ਔਰ ਹੋਰ ਉਹਨਾਂ ਦੇ ਸ਼ਖਸੀਅਤ ਬਾਰੇ ਗੱਲ ਕਰਨੇ ਆਂ ਹਾਂਜੀ ਮਲੂਕ ਸਿੰਘ ਜੀ ਆਪਾਂ ਗੱਲ ਕਰ ਰਹੇ ਸੀ ਹਾਂਜੀ ਕਾਲਾਂ ਦੀ ਕਿ ਉਹ ਇਸ ਚੀਜ਼ ਨੂੰ ਬਹੁਤ ਖਿਲਾਫ ਸੀ ਬਹੁਤ ਸਖਤ ਖਿਲਾਫ ਸੀ ਕਿ ਮਲੂਕ ਸਿੰਘ ਜੀ ਮੈਂ ਪਰਸਨਲ ਮੇਰੀ ਰਾਏ ਵੀ ਹੈ ਕਿ ਸ਼ਾਇਦ ਆਈ ਡੋਨਟ ਨੋ ਅੱਜ ਤੱਕ ਨਾ ਸਾਡੇ ਫਾਦਰ ਸਾਹਿਬ ਵੀ ਆਰਮੀ ਨੂੰ ਡਿਟੇਡ ਸੀ। ਔਰ ਅਸੀਂ ਖੁਦ ਅਜ ਤੱਕ ਕਦੇ ਵੀ ਕੋਸ਼ਿਸ਼ ਇਹ ਕਰੀ ਨਹੀਂ ਆ ਕੋਸ਼ਿਸ਼ ਨਹੀਂ ਇਹ ਮਤਲਬ ਕਿ ਇੱਕ ਲਾ ਬਣਾਇਆ ਹੈ ਰੂਲ ਬਣਾਇਆ ਹੋਇਆ ਕਿ ਨਾ ਕਦੇ ਗਾਲ ਕਿਸ ਤੋਂ ਕੱਢਣੀ ਹੈ ਨਾ ਹੀ ਕਿਸ ਨੂੰ ਕਹਿਣਾ ਨਾ ਹੀ ਕਿਸ ਤੋਂ ਸੁਣਨਾ ਉਹ ਚੀਜ਼ ਦੀ। ਸੋ ਇਹ ਇਹ ਸਾਡੀ ਜਿਹੜੀ ਆਤਮਿਕ ਜਿਹੜੀ ਚੀਜ਼ ਹੈ ਸਾਡਾ ਸਾਡੀ ਜੁਬਾਨ ਆਪਣੀ ਹੈ ਸਾਡਾ ਸਰੀਰ ਆਪਣਾ ਜੇ ਅਸੀਂ ਇਹਨੂੰ ਕਿਸੇ ਨੂੰ ਗਾਲ ਕੱਢ ਕੇ ਆਪਣੇ ਆਪ ਨੂੰ ਪਹਿਲਾਂ ਗੰਦਲਾ ਕਰ ਰਹੇ ਹਾਂ ਆਪਣੀ ਆਤਮਿਕ ਤੌਰ ਤੇ ਆਪਣੀ ਸੋਚ ਵਿਚਾਰਮਕ ਤੌਰ ਤੇ ਆਪਣੇ ਆਪ ਨੂੰ ਗੰਦਲਾ ਕਰ ਰਹੇ ਆ ਦੂਜੇ ਦਾ ਬਾਅਦ ਹੀ ਗੱਲ ਹੈ ਸੋ ਜਿਹੜਾ ਜਿੱਥੇ ਸਾਡਾ ਸਰੀਰ ਹੈ ਜਿਹੜਾ ਇੱਕ ਇੱਕ ਉਹ ਸੈਕ੍ਰੇਟ ਚੀਜ਼ ਮੰਨਦੇ ਆ ਮੈਂ ਉਹਨੂੰ ਸੋ ਅਬ ਮੈਂ ਹਮੇਸ਼ਾ ਦਰਸ਼ਕਾਂ ਨੂੰ ਕਹਿਣਾ ਹੁੰਦਾ ਕਿ ਜੇ ਅਸੀਂ ਆਪਣੀ ਆਤਮਾ ਨੂੰ ਆਪਣੇ ਸੁਭਾਅ ਨੂੰ ਅਸੀਂ ਸਵਸਥ ਕਰ ਲਈਏ ਤਾਂ ਸਾਡਾ ਸਰੀਰ ਆਪਣਾ ਵੀ ਸਵਸਥ ਰਹੇਗਾ ਜੇ ਸਾਡਾ ਸਰੀਰ ਸਵਸਥ ਰਹੇਗਾ ਆਤਮਾ ਸਵਸਥ ਹੈ ਜਿੱਦਾਂ ਸਮਾਜ ਵੀ ਸਵਸਥ ਹੋ ਜਾਏਗਾ ਮਸਲਮ ਲੋਕ ਸਿੰਘ ਜੀ ਮੈਂ ਇਸ ਚੀਜ਼ ਨਾਲ ਬਹੁਤ ਪ੍ਰਭਾਵਿਤ ਇਹਨਾਂ ਦੇ ਜਿਹੜੀ ਤੁਹਾਡੀ ਗੱਲ ਤੁਸੀਂ ਕੀਤੀ ਕਿ ਇਹ ਗਾਲਾਂ ਦੇ ਬਹੁਤ ਜ਼ਿਆਦਾ ਖਿਲਾਫ ਸੀ ਕਿਉਂਕਿ ਕਿਸੇ ਵੀ ਜਿਹੜੀ ਲੈਂਗੁਏਜ ਹੈ ਲੈਂਗੁਏਜ ਹੈ ਲੈਂਗੁਏਜ ਤੋਂ ਹੀ ਆਪਾਂ ਡਿਵੈਲਪ ਕਰਦੇ ਆ ਆਪਣੇ ਕਲਚਰ ਨੂੰ ਔਰ ਲੇਖਣੀ ਨੂੰ ਸ਼ਾਇਦ ਮੈਂ ਕਦੇ ਵੀ ਕਿਸੇ ਬੁੱਕ ਵਿੱਚ ਗੱਲ ਲਿਖੀ ਹੋਈ ਹੈ ਕਿਤੇ ਨਹੀਂ ਪੜ੍ਹੀ ਹੈਗੀ ਇਹ ਤੁਸੀਂ ਜ਼ਿਆਦਾ ਸੀ ਉਹਨੂੰ ਲਿਖ ਨਹੀਂ ਸਕਦੇ ਤਾਂ ਅਸੀਂ ਬੋਲ ਕਿਵੇਂ ਸਕਦੇ ਹਾਂ ਉਸ ਚੀਜ਼ ਨੂੰ ਬਿਲਕੁਲ ਠੀਕ ਹੈ ਤੁਹਾਡੀ ਗੱਲ ਸੋ ਆਪਾਂ ਗੁਰਸ਼ੰਮ ਚੀਵਰ ਇੱਕ ਮੈਂ ਉਹਨਾਂ ਦਾ ਨਾਟਕ ਸੀ ਜਿਹੜਾ ਕਿ ਬਹੁਤ ਮਸ਼ਹੂਰ ਹੋਇਆ ਸੀ ਜਲਨ ਦੂਰਸ਼ਣ ਤੇ ਚੱਲਦਾ ਹੁੰਦਾ ਸੀ 1985 86 80 ਸ਼ੈਡਿਸ ਦੌਰਾਨ ਉਹ ਚੱਲ ਰਿਹਾ ਸੀ ਭਾਈ ਮੰਨਾ ਸਿੰਘ ਆਪ ਭਾਈ ਮੰਨਾ ਸਿੰਘ ਉਹ ਚ ਇੱਕ ਰੋਲ ਆ ਉਹਨਾਂ ਦਾ ਕਰੈਕਟਰ ਉਹਦੇ ਨਾਂ ਤੇ ਉਹਨਾਂ ਦਾ ਨਾਂ ਭਾਈ ਮੰਨਾ ਸਿੰਘ ਪਰ ਚਲਤੋ ਹੋ ਗਿਆ ਸੀ ਉਹਦੇ ਬਾਰੇ ਸਰ ਮੈਨੂੰ ਤੁਸੀਂ ਜਰੂਰ ਦੱਸੋ ਕਿਉਂਕਿ ਦਰਸ਼ਕਾਂ ਨੂੰ ਸ਼ਾਇਦ ਜਿਹੜੇ ਉਸ ਟਾਈਮ ਦੇ ਹੈ ਨੇ ਉਹਨਾਂ ਨੂੰ ਕੁਝ ਯਾਦ ਹੋਏਗਾ ਦੇਖਿਆ ਹੋਊਗਾ ਉਹਨਾਂ ਨੂੰ ਸੋ ਕੋਰਿਲੇਟ ਕਰਨਗੇ ਉਹਦੇ ਨਾਲ ਉਹ ਚੀਜ਼ ਨੂੰ ਹਾਂ ਨੇਚਰਲੀ ਉਹ ਇੱਕ ਉਦਾਂ ਤੇ ਦੌਰ ਜਿਹੜਾ ਸੀ ਉਹ ਬਹੁਤ ਡਿਫਰੈਂਟ ਸੀ ਜਿਹਨੂੰ ਖਾੜਕੂਵਾਦ ਦਾਤਵਾਦ ਦਾ ਦੌਰ ਕਿਹਾ ਜਾਂਦਾ ਹੈ ਹਾਂਜੀ ਤੇ ਜਿਹੜਾ ਮੇਰੀ ਸਮਝ ਮੁਤਾਬਕ ਉਸ ਟਾਈਮ ਦੀ ਇੱਕ ਲੋੜ ਬਣ ਗਈ ਸੀ ਤਾਂ ਹੀ ਜਲੰਧਰ ਦੂਰਦਰਸ਼ਨ ਨੇ ਉਹਨਾਂ ਨੂੰ ਇਹ ਮੌਕਾ ਦਿੱਤਾ ਜਿਹੜੇ ਪਾਕਿਸਤਾਨ ਦੇ ਵਿੱਚ ਨਾਟਕ ਸੀ ਨਾ ਉਹ ਸਾਡੇ ਬੜੇ ਉਸ ਏਰੀਆ 'ਚ ਪ੍ਰਚਲਿਤ ਹੁੰਦੇ ਸੀ ਲੋਕ ਉਹਨਾਂ ਨੂੰ ਬੜੇ ਸ਼ੌਂਕ ਨਾਲ ਵੇਖਦੇ ਸੀ ਤੇ ਉਹਨਾਂ ਦੀ ਬੋਲੀ ਬੜੀ ਠੇਠ ਪਾਕਿਸਤਾਨੀ ਨਾਟਕਾਂ ਦੇ ਵਿੱਚ ਹੁੰਦੀ ਸੀ ਹਾਂਜੀ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਆ ਇਹਨਾਂ ਨੇ ਦੂਰਦਰਸ਼ਨ ਨੇ ਭਾਜੀ ਗਰਚਰਨ ਨੂੰ ਅਪਰੋਚ ਕੀਤੀ ਤੇ ਭਾਜੀ ਗਰਚਰਨ ਨੇ ਜਿਹੜੇ ਲੋਕਾਂ ਦੇ ਮਸਲੇ ਸੀ ਲੋਕਾਂ ਦੇ ਇਸ਼ੂ ਸੀ ਉਹ ਉਸ ਸਮੇਂ ਦੇ ਵਿੱਚ ਬੜੀ ਬਾਖੂਬੀ ਪੇਸ਼ ਕੀਤੇ ਤੇ ਉਹਦੇ ਕਰਕੇ ਹੀ ਉਹਨਾਂ ਨੂੰ ਸ਼ਾਇਦ ਕਈ ਵਾਰ ਭਾਜੀ ਗਰਸ਼ਰਨ ਕਰਕੇ ਘਟ ਲੋਕ ਜਾਂਨ ਉਹਦੇ ਉਸ ਰੋਲ ਕਰਕੇ ਭਾਈ ਮੰਨਾ ਸਿੰਘ ਉਹ ਭਾਈ ਮੰਨਾ ਸਿੰਘ ਜਿਹੜਾ ਸੀ ਉਹ ਜਿਆਦਾ ਪ੍ਰਚਲਿਤ ਹੋ ਗਿਆ ਸੀ ਕਿ ਜਦੋਂ ਪਿੰਡਾਂ ਦੇ ਵਿੱਚ ਉਹ ਨਾਟਕ ਕਰਨ ਆਉਂਦੇ ਸੀ ਤੇ ਲੋਕ ਕਹਿੰਦੇ ਸੀ ਭਾਜੀ ਇਹ ਭਾਈ ਮੰਨਾ ਸਿੰਘ ਹੋਣੇ ਆ ਗਏ ਨੇ ਤੇ ਭਾਈ ਮੰਨਾ ਸਿੰਘ ਭਾਈ ਮੰਨਾ ਸਿੰਘ ਉਹਨਾਂ ਦਾ ਬੜਾ ਕਹਿੰਦਾ ਟੋਟਲ ਨਾਟਕ ਦੇ ਵਿੱਚ ਪ੍ਰਭਾਵਸ਼ਾਲੀ ਕਰੈਕਟਰ ਜਿਹੜਾ ਸੀ ਉਹ ਪਿਆਸ ਸੀ ਦੁਸ਼ਯੀ ਤੁਸੀਂ ਖੁਦ ਲਿਖਦੇ ਹੋ ਤੁਸੀਂ ਖੁਦ ਬਹੁਤ ਜਿਹਾ ਪਾ ਕਹੀਏ ਕਿ ਪੜਿਆ ਔਰ ਉਹਨਾਂ ਨੂੰ ਔਰ ਹੋਰ ਵੀ ਬਹੁਤ ਸਤਿਕਾਰ ਮੈਨੂੰ ਤੁਸੀਂ ਪੜਿਆ ਹੈਗਾ ਸੋ ਤੁਸੀਂ ਖੁਦ ਵੀ ਕੁਝ ਲਿਖਿਆ ਉਹਨਾਂ ਬਾਰੇ ਸ਼ਾਇਦ ਹਾਂਜੀ ਹਾਂਜੀ ਭਾਜੀ ਗੁਰਸ਼ਰਨ ਜੀ ਜਦੋਂ 2011 27 ਸਤੰਬਰ ਨੂੰ ਪੂਰੇ ਹੁੰਦੇ ਨੇ ਮੇਰੇ ਵੱਡੇ ਭਰਾ ਡਾਕਟਰ ਨੂਬ ਸਿੰਘ ਨਾਲ ਉਹਨਾਂ ਦੇ ਬੜੇ ਪਿਆਰੇ ਰਿਲੇਸ਼ਨਸ਼ਿਪ ਚੰਗੇ ਸਬੰਧ ਸੀ ਹਾਂਜੀ ਤੇ ਉਹਨਾਂ ਨੇ ਇੱਕ ਉਹਨਾਂ ਦੇ ਕਿਤਾਬ ਸੰਪਾਦਕ ਕੀਤੀ ਆ ਬਾਜੀ ਗੁਰਚਰਨ ਸਿੰਘ ਇੱਕ ਸੰਸਥਾਿਕ ਲੇਖ ਅੱਛਾ ਜੀ ਉਹਦੇ ਵਿੱਚ ਮੈਂ ਉਦੋਂ ਇੱਥੇ ਕੈਨੇਡਾ ਸੀ ਤੇ ਮੇਰੇ ਉਹ ਵੱਡੇ ਬ੍ਰਦਰ ਨੇ ਮੈਨੂੰ ਕਹਿੰਦੇ ਆ ਕਿ ਤੁਸੀਂ ਵੀ ਉਹਨਾਂ ਦੇ ਨਾਲ ਰਹੇ ਜੇ ਤੁਸੀਂ ਉਹਨਾਂ ਨਾਲ ਵਿਚਰੇ ਜੇ ਤੁਸੀਂ ਉਹਨਾਂ ਨੂੰ ਪੜਿਆ ਵਾਚਿਆ ਤੁਸੀਂ ਵੀ ਉਹਨਾਂ ਬਾਰੇ ਕੁਝ ਲਿਖੋ ਤੇ ਉਦੋਂ ਮੈਂ ਪ੍ਰਭਾਵਤ ਹੋ ਕੇ ਇੱਕਦਮ ਬਾਜੀ ਗੁਰਚਰਨ ਸਿੰਘ ਦੀ ਯਾਦ ਵਿੱਚ ਕੁਝ ਲਾਈਨਾਂ ਲਿਖੀਆਂ ਹਾਂ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਦੂਰ ਦੂਰ ਜੀ ਸਰ ਰੰਗ ਮੰਚ ਦਾ ਮਹਾ ਕਲਾਕਾਰ ਭਾਜੀ ਸਾਡੇ ਸਮਿਆਂ ਦਾ ਸਾ ਸਵਾਰ ਭਾਜੀ ਪੈਸੇ ਪਦਵੀ ਪ੍ਰਸਿੱਧੀ ਨੂੰ ਲੋਕ ਤਰਸਣ ਉਹਦੇ ਜੀਵਨ ਨੂੰ ਮੈਂ ਆਪਣੀਆਂ ਲਾਈਨਾਂ ਦੇ ਵਿੱਚ ਕਲਮਬੰਦ ਕੀਤਾ ਹਾਂਜੀ ਪੈਸੇ ਪਦਵੀ ਪ੍ਰਸਿੱਧੀ ਨੂੰ ਲੋਕ ਤਰਸਣ ਕੀਤਾ ਤਿੰਨਾਂ ਨੂੰ ਦਰਕਨਾਰ ਭਾਜੀ ਭਾਜੀ ਬਹੁਤ ਸਿੰਪਲ ਬੰਦੇ ਸੀ ਹਾਂਜੀ ਸੱਚੀ ਸਿੱਧੀ ਸਪਸ਼ਟ ਸੀ ਗੱਲ ਕਰਦਾ ਆਮ ਆਦਮੀ ਦਾ ਤਰਫਦਾੜ ਭਾਜੀ ਡੌਲੇ ਫਰਕਦੇ ਨੈਣੋਂ 11% ਜਾਨ ਤਲੀ ਰਖ ਕਰੇ ਪ੍ਰਚਾਰ ਭਾਜੀ ਖੜਕੂਵਾਦ ਦਾ ਦੌਰ ਸੀ ਅਤਵੰਦ ਦਾ ਦੌਰ ਸੀ ਪਰ ਉਹ ਆਪਣੀ ਗੱਲ ਬਿਵਾਕੀ ਨਾਲ ਕਹਿੰਦੇ ਸੀ ਹਾਂਜੀ ਰਿਆ ਦਰਿਆਵਾਂ ਦੇ ਮੋੜ ਨੇ ਜਾਣਦਾ ਸੀ ਤਾਂ ਹੀ ਉਹ ਆਖਦੇ ਲੋਕ ਫਨਕਾਰ ਭਾਜੀ ਸੂਰਜ ਮੱਥੇ ਤੇ ਉਹਦੇ ਚਮਕਦਾ ਸੀ ਭਾਵੇਂ ਲੋਕਾਂ ਦਾ ਸੀ ਗਮਖਾਰ ਭਾਜੀ ਜੋਦਾ ਲੋਕਾਂ ਦੀ ਉਮਰ ਪਰ ਜੂਜਿਆ ਸੀ ਗਦਰੀ ਬਾਬਿਆਂ ਦਾ ਪੈਰੋਕਾਰ ਭਾਜੀ ਮਹਾਨਾਇਕ ਦੇ ਕੀਤੇ ਨੂੰ ਭੁੱਲਿਓ ਨਾ ਕਿਤੇ ਦਿਓ ਨਾ ਐਵੇਂ ਵਿਸਾਰ ਭਾਜੀ ਪੂਰਾ ਕਰਨਾ ਮਲੂਕ ਪ੍ਰਾਨ ਕਰੀਏ ਛੱਡ ਗਿਆ ਜੋ ਕੰਮ ਕਾਰ ਭਾਜੀ ਇਹ ਕੇ ਸੀ ਇੱਕ ਥੋੜੀ ਛੋਟੀ ਰਚਨਾ ਹੋਰ ਸੀ ਹਾਂਜੀ ਜਿਹੜੀ ਆਪਾਂ ਮੰਨਾ ਸਿੰਘ ਕਹਿੰਦੇ ਆ ਹਾਂਜੀ ਭਾਜੀ ਭਾਈ ਮੰਨਾ ਸਿੰਘ ਜਾਂ ਬਾਖਰ ਬਾਬਾ ਬੋਰ ਤੈਨੂੰ ਕਹਿਣਗੇ ਦੱਬੀ ਕੁਚਲੀ ਆਵਾਜ਼ ਦਾ ਮਸੀਹਾ ਤੈਨੂੰ ਕਹਿਣਗੇ ਰੰਗ ਮੰਚ ਤੇ ਗਰਜਿਆ ਸਦਾ ਹੀ ਬਣ ਕੇ ਸ਼ੇਰ ਤੋਂ ਗੂੰਜ ਦੇ ਬੋਲਾਂ ਦਾ ਬਾਬਾ ਬੋੜ ਤੈਨੂੰ ਕਹਿਣਗੇ ਸੱਬੇ ਸਾਂਝੀ ਵਾਲਤਾ ਦਾ ਦਾ ਝੰਡਾ ਬਰਦਾਰ ਬਣਿਆ ਵਿੜੇ ਕਿਰਤੀਆਂ ਦੀ ਜਗ ਦੀ ਲਾੜ ਤੈਨੂੰ ਕਹਿਣਗੇ ਸੂਹੇ ਬੋਲਾਂ ਦਾ ਸੂਰਜ ਕਦੇ ਨਾ ਅਸਤ ਹੋਇਆ ਭਾਵੇਂ ਭਰਮ ਭਲੇਖਿਆਂ ਦੀ ਹਾਕਮ ਵੀ ਕੁਝ ਕਹਿਣਗੇ ਨਾ ਰੋਸ਼ਨ ਹੋਇਆ ਤੇਰਾ ਧਰ ਤੱਕ ਆਕਾਸ ਵਾਂਗਰ ਕਲ ਨੂੰ ਗੁਰੂ ਪੀਰ ਜਾਂ ਅਵਤਾਰ ਤੈਨੂੰ ਕਹਿਣਗੇ ਕਰੋੜਾਂ ਹੋ ਗੁਜ਼ਰੇ ਲੱਖਾਂ ਹੀ ਨਿਤ ਹੋਣ ਪੈਦਾ ਜਿੰਦਾ ਦਿਲ ਜ਼ਿੰਦਗੀ ਦਾ ਜਰਨੈਲ ਤੈਨੂੰ ਕਹਿਣਗੇ ਹੋਕਾ ਹੱਕ ਸੱਚ ਦਾ ਪਰਦੇਨ ਵਾਲੇ ਵਾਰਿਸ ਭਗਤ ਸਰਾਬੇ ਬਾਹ ਅਲਾਰ ਤੈਨੂੰ ਕਹਿਣਗੇ ਬਹੁਤ ਬੜੀ ਇਹ ਮੈਂ ਉਨ੍ਹਾਂ ਪ੍ਰਤੀ ਆਪਣੀ ਸ਼ਰਧਾਂਜਲੀ ਇਹ ਗੀਤ ਕਵਿਤਾ ਦੇ ਰੂਪ ਵਿੱਚ ਪੇਸ਼ ਕੀਤੀ ਸੀ ਕਿਉਂਕਿ ਉਹ ਇੱਕ ਅਜਿਹਾ ਸ਼ਖਸ ਸੀ ਜੋ ਬੜੀ ਵਿਵਾਕੀ ਦੇ ਨਾਲ ਆਪਣੀ ਗੱਲ ਕਰਦਾ ਆਪਣੀ ਗੱਲ ਕਰਦਾ ਸੀ ਉਹ ਕਿਸੇ ਕੋ ਡਰਦਾ ਨਹੀਂ ਸੀ ਉਹ ਉਹਦੇ ਕਾਰਨ ਹੀ ਉਹਨੂੰ ਧਰਮ ਦੱਸਿਆ ਕਿ ਐਮਰਜੈਂਸੀ ਦਾ ਵਿਰੋਧ ਕਰਨ ਕਰਕੇ ਉਹਨੂੰ ਜੇਲ੍ਹ ਦੀ ਹਵਾ ਵੀ ਖਾਣੇ ਪਈ ਜੇਲ੍ਹ ਚ ਵੀ ਉਹ ਬੰਦਰ ਹੈ। ਲੋਕ ਸਿੰਘ ਜੀ ਉਸ ਟਾਈਮ ਦੇ ਜੋ ਹਾਲਾਤ ਸੀ ਜੋ ਲਹਿਰ ਖਾਲਿਸਤਾਨ ਦੀ ਚੱਲੀ ਸੀ। ਸੋ ਉਹਦੇ ਬਾਰੇ ਪੋਲੀਟਿਕਲੀ ਜਾਂ ਪਰਸਨਲ ਰੋਣ ਦੇ ਕੀ ਵਿਚਾਰ ਸੀ ਉਹ ਕੀ ਮੈਸੇਜ ਦਿੰਦੇ ਸੀ ਉਸ ਚੀਜ਼ ਬਾਰੇ ਉਹ ਵੀ ਥੋੜਾ ਜਿਹਾ ਉਹਦੇ ਬਾਰੇ ਵੀ ਆਪਾਂ ਗੱਲ ਕਰੀਏ ਅਸਲ ਤੇ ਗੱਲ ਇਹ ਆ ਕਿ ਵੇਖੋ ਜਿਹੜੀ ਉਹ ਪੋਲੀਟਿਕਲ ਲਹਿਰ ਆ ਉਹਨਾਂ ਦਾ ਆਪਣਾ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਮੰਤਵ ਗਲਤ ਹੋ ਸਕਦਾ ਭਾਜੀ ਗੁਰਸ਼ਰਨ ਸਿੰਘ ਦੀ ਖੂਬੀ ਇਹ ਸੀ ਕਿ ਉਹ ਚਾਹੁੰਦੇ ਸੀ ਕਿ ਜਿਹੜੇ ਸਾਡੀ ਆਪਸੀ ਸਦਪਾਉਨਾ ਪਿਆਰ ਆ ਆਪਾਂ ਉਹ ਨਹੀਂ ਉਹਦੇ 'ਚ ਵਿਗਾੜ ਨਹੀਂ ਆਉਣਾ ਚਾਹੀਦਾ ਅੱਛਾ ਜੀ ਤੇ ਉਹਨਾਂ ਨੇ ਸਗੋਂ ਰਾਦਰ ਗੁਰੂ ਫਲਸਫੇ ਦੇ ਨਾਲ ਹਮ ਜਿਹੜੀ ਗੱਲ ਸੀ ਗੁਰੂ ਤੇਗ ਬਹਾਦਰ ਦੇ ਉੱਤੇ ਨਾਟਕ ਕਰਕੇ ਇਹ ਆਪਣੀ ਪਗ ਸਿੰਘ ਦੀ ਗੱਲ ਕਰਕੇ ਹੋਰ ਨਾ ਆਪਣੇ ਸ਼ਹੀਦਾਂ ਦੀ ਗੱਲ ਕਰਕੇ ਉਹ ਆਪਣਾ ਪੋਲੀਟੀਕਲ ਮੈਸੇਜ ਦਿੰਦੇ ਸੀ ਉਹਦਾ ਜਿਹੜੀ ਮੇਰੀ ਸਮਝ ਹੈਗੀ ਆ ਕਿ ਪੰਜਾਬ ਦੇ ਵਿੱਚ ਇੰਨਾ ਸਰਕਾਰ ਹੋਣ ਦੇ ਬਾਵਜੂਦ ਵੀ ਜਿਹੜਾ ਸਹੀ ਮਹਿਨਿਆ ਚ ਸਿੱਖ ਖੜਕੂ ਸੀ ਉਹ ਵੀ ਭਾਜੀ ਦੀ ਰਿਸਪੈਕਟ ਕਰਦੇ ਸੀ ਕਿਉਂਕਿ ਭਾਜੀ ਗੁਰਸਰਨ ਸਿੰਘ ਵੀ ਇੱਕ ਸਿਸਟਮ ਦੇ ਵਿਰੁੱਧ ਲੜਿਆ ਸੀ ਬੇਇਨਸਾਫੀ ਦੇ ਵਿਰੁੱਧ ਲੜਿਆ ਸੀ ਤੇ ਜਿਹੜੇ ਆਪਣੇ ਉਸ ਟਾਈਮ ਨੂੰ ਖੜਕੂਵਾਦੀ ਸਮਝਦੇ ਸੀ ਉਹ ਵੀ ਇੱਕ ਸਿਸਟਮ ਦੇ ਖਿਲਾਫ ਉਹ ਵੀ ਇੱਕ ਸਿਸਟਮ ਦੇ ਖਿਲਾਫ ਸੀ ਉਹ ਸਿਰਫ ਇੱਕ ਸੀ ਕਿ ਕੁਝ ਵੇਖਣ ਵਾਲਿਆਂ ਨੂੰ ਲੱਗਦਾ ਸੀ ਕਿ ਢੰਗ ਸ਼ਾਇਦ ਉਹਨਾਂ ਦਾ ਗਲਤ ਹੋਇਆ ਪਰ ਹੈ ਦੋਵਾਂ ਦਾ ਪੋਲੀਟੀਕਲ ਮੋਟਿਵ ਹੈ ਸੀ ਕਿ ਉਸ ਸਿਸਟਮ ਨੂੰ ਬਦਲਣ ਦੇ ਲਈ ਜਿਸ ਸਿਸਟਮ ਦੇ ਵਿੱਚ ਖਾਮੀਆਂ ਨੇ ਖਾਮੀਆਂ ਨੇ ਜਾਤੀਆਂ ਦੀਆਂ ਨੇ ਸਾਰਾ ਕੁਝ ਹੁੰਦਾ ਆ ਤੇ ਉਸ ਕਰਕੇ ਪੋਲੀਟੀਕਲੀ ਬਾਜੀ ਦੀ ਜਿਹੜੀ ਸੋਚ ਸੀ ਉਹ ਬੜੀ ਕਲੀਅਰ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਮੈਂ ਵੀ ਉਦੋਂ ਹਰਕੀਰਤ ਜੀ ਉਸ ਜਿਹਨੂੰ ਇਹ ਕਹਿੰਦੇ ਸੀ ਚੰਬਲ ਦੀ ਘਾਟੀ ਲਿਖਿਆ ਖਸਵੰਤ ਸਿੰਘ ਨੇ ਗਰਦਾਸਪੁਰ ਨੂੰ ਮੈਂ ਵੀ ਉਸ ਦੌਰ ਦੇ ਵਿੱਚ ਗਰਦਾਸਪੁਰ ਸੀ ਉਹ ਉਦੋਂ ਵੀ ਨਾਟਕ ਪਿੰਡਾਂ ਦੇ ਵਿੱਚ ਜਾ ਕੇ ਕਰਦੇ ਸੀ ਤੇ ਉਹਨਾਂ ਨੇ ਹੋਰ ਕਿਹੜੀਆਂ ਬੁੱਕਸ ਲਿਖੀਆਂ ਤੇ ਨਾਟਕ ਕਿ ਕਿਸ ਨਾਂ ਦੇ ਔਰ ਉਹਨਾਂ ਨੂੰ ਕੋਈ ਅਵਾਰਡ ਮਿਲੇ ਉਹ ਵੀ ਤੁਸੀਂ ਉਹਨਾਂ ਬਾਰੇ ਵੀ ਗੱਲ ਕਰੋ ਉਹਨਾਂ ਨੇ ਜਿਹੜੇ ਨਾਟਕਾਂ ਦੇ ਉੱਤੇ ਕਾਫੀ ਕੁਝ ਲਿਖਿਆ ਆ ਨਾਟਕ ਉਹਨਾਂ ਨੇ ਆਪ ਸਿਰਫ ਖੇਡੇ ਨਹੀਂ ਉਹਨਾਂ ਨਾਟਕ ਖੁਦ ਲਿਖੇ ਵੀ ਸੀ ਤੇ ਨਾਟਕਾਂ ਦੇ ਵਿੱਚ ਵੀ ਉਹਨਾਂ ਨੂੰ ਬੜਾ ਮਾਨਤਾ ਜਿਹੜਾ ਸੀ ਸਭ ਤੋਂ ਵੱਡਾ ਆਫ ਟਾਈਮ ਕ ਕਾਲੀ ਚਰਨ ਦਾ ਅਵਾਰਡ ਜਿਹੜਾ ਆ 2004 ਚ ਮਿਲਿਆ ਹੋਰ ਵੀ ਉਹਨਾਂ ਨੂੰ ਜਿਹੜੇ ਸਹਿਤ ਅਕੈਡਮੀ ਵੱਲੋਂ ਵੀ ਇਨਾਮ ਮਿਲੇ ਉਹਨਾਂ ਨੂੰ ਸਭ ਤੋਂ ਵੱਡਾ ਨਾਮ ਜਿਹੜਾ ਸੀ ਉਹ ਸਮਝਦੇ ਸੀ ਕਿ ਜਿਹੜੀ ਲੋਕਾਂ ਦੇ ਵਿੱਚ ਉਹਨਾਂ ਦੀ ਪ੍ਰੈਜੈਂਸ ਪਿਆਰ ਆ ਪਿਆਰ ਆ ਸਤਿਕਾਰ ਆ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੂੰ ਸਤਿਕਾਰ ਉਹ ਜੋ ਬਾਜੀ ਕਹਿਣਾ ਸ਼ੁਰੂ ਕੀਤਾ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਜੇ ਮੈਂ ਗਲਤ ਨਹੀਂ ਤਾਂ 2005 ਦੇ ਵਿੱਚ ਕੁੱਸਾ ਪਿੰਡ ਦੇ ਵਿੱਚ ਮੋਗੇ ਲੱਗੇ 10000 ਤੋਂ ਵੱਧ ਦਾ ਇਕੱਠ ਦੇ ਵਿੱਚ ਬਾਜੀ ਦਾ ਸਨਮਾਨ ਕੀਤਾ ਗਿਆ ਸਤਿਕਾਰ ਕੀਤਾ ਗਿਆ ਮੈਂ ਸਮਝਦਾ ਕਿ ਉਹ ਸਭ ਤੋਂ ਵੱਡਾ ਸਨਮਾਨ ਸੀ ਉਰਤੋ ਲਾਵਾ ਉਹਨਾਂ ਦੇ ਜੀਂਦੇ ਜੀ ਹੀ ਇਹ ਕਾਫੀ ਜਗ੍ਹਾ ਦੇ ਉੱਤੇ ਉਹਨਾਂ ਦੇ ਨਾਂ ਦੇ ਉੱਤੇ ਜਿਹੜੇ ਥੀਏਟਰ ਸੀ ਉਹ ਬਣ ਗਏ ਸੀ ਅੱਛਾ ਜੀ ਮੁੱਲਾਂਪੁਰ ਵਗੈਰਾ ਦੂਜਾ ਤੇ ਜਾ ਜਿੱਥੇ ਉਹਨਾਂ ਦੇ ਜੀਂਦੇ ਜੀ ਹੀ ਉਹਨਾਂ ਦੇ ਨਾਂ ਤੇ ਲੋਕਾਂ ਨੇ ਉਹਨਾਂ ਨੂੰ ਰੈਕੋਗਨਾਈਜ਼ ਇਸ ਤਰੀਕੇ ਕੀਤਾ ਮੈਂ ਸਮਝਦਾ ਕਿ ਸਰਕਾਰਾਂ ਦੇ ਇਨਾਮ ਨਾਲੋਂ ਸਭ ਤੋਂ ਵੱਡਾ ਇਨਾਮ ਸੀ ਕਿ ਜਿਹੜਾ ਲੋਕਾਂ ਦਾ ਪਿਆਰ ਲੋਕਾਂ ਦਾ ਸਤਿਕਾਰ ਤੇ ਅੱਜ ਵੀ ਜੇ ਤੁਸੀਂ ਪੰਜਾਬ ਦੇ ਕਿਸੇ ਪਿੰਡ 'ਚ ਗੱਲ ਕਰੋ ਤੇ ਇੱਕ ਇਹੋ ਜਿਹਾ ਸ਼ਖਸ ਆ ਕਿ ਜਿੰਨੂੰ ਲੋਕ ਯਾਦ ਕਰ ਯਾਦ ਕਰਦੇ ਜਾਣਦੇ ਨੇ ਤੇ ਉਹ ਟਾਈਮ ਦੀ ਬੜੀ ਕਦਰ ਕਰਦੇ ਸੀ ਆਪਣੇ ਅਰਜੀ ਮੈਨੂੰ ਉਹਨਾਂ ਦੀ ਇੱਕ ਕਥਨ ਯਾਦ ਆ ਕਿ ਉਹ ਆਪਣੇ ਦਾ ਘਰ ਆਏ ਸੀ ਤੇ ਆਪਣੇ ਇੱਕ ਕਲਾਕਾਰ ਨੂੰ ਕਹਿਣ ਲੱਗੇ ਯਾਰ ਤੁਸੀਂ ਸੀਸੇ ਸਾਹਮਣੇ ਪੱਗ ਬੰਨਦੇ ਇਹ ਚ ਟਾਈਮ ਦੀ ਵੇਸਟੇਜ ਹੁੰਦੀ ਆ ਤੇ ਤੁਸੀਂ ਸਿੱਧੀ ਸਾਦੀ ਪੱਗ ਉਹਦਾ ਕਿਉਂ ਨਹੀਂ ਬੰਨਦੇ ਹਾਂਜੀ ਕਿ ਭਾਵੇਂ ਟਾਈਮ ਦੀ ਬਹੁਤ ਕਦਰ ਕਰਦੇ ਕਦਰ ਕਰਦੇ ਲੋਕ ਸਿੰਘ ਜੀ ਹਮੇਸ਼ਾ ਹੀ ਇਹ ਚੀਜ਼ ਜਿਹੜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਜਾਂ ਉਹਨਾਂ ਦਾ ਵਿਚਾਰ ਦੱਸਿਆ ਕਿ ਜਿਹੜਾ ਟਾਈਮ ਹੈ ਵਕਤ ਹੈ ਉਹਦੀ ਕੀਮਤ ਹਰ ਇਨਸਾਨ ਨੂੰ ਸਾਹਮਣੀ ਚਾਹੀਦੀ ਹੈ ਸਮਝਣੀ ਚਾਹੀਦੀ ਹੈ ਕਿਉਂਕਿ ਸਾਰਾ ਕੁਝ ਵਾਪਸ ਆ ਸਕਦਾ ਹੈ ਸਿਰਫ ਟਾਈਮ ਹੀ ਸਾਡੇ ਕੋਲ ਵਾਪਸ ਸੋ ਅਸੀਂ ਇੱਕ ਜਿਹੜਾ ਪਲ ਜੀਨੇ ਆ ਉਹਨੂੰ ਇਹ ਹਮੇਸ਼ਾ ਉਹਦੇ ਬਾਰੇ ਵਿਚਾਰ ਕਰੀਏ ਕਿ ਇਹ ਅਸੀਂ ਇਸ ਜ਼ਿੰਦਗੀ ਦਾ ਜਿਹੜਾ ਇੰਨਾ ਕੀਮਤੀ ਇਹਨੂੰ ਲੇਖੇ ਲਾਇਆ ਜਾਂ ਨਹੀਂ ਲਾਇਆ ਹੈ ਅਟਲੀਸਟ ਆਪਾਂ ਇਸ ਚੀਜ਼ ਨੂੰ ਜੇ ਸੋਚਾਂਗੇ ਤਾਂ ਕਿਤੇ ਨਾ ਕਿਤੇ ਸਾਨੂੰ ਇਹ ਲੱਗੇਗਾ ਕਿ ਸਾਨੂੰ ਵੀ ਆਪਣੇ ਸਮਾਜ ਦੇ ਪ੍ਰਤੀ ਆਪਣੇ ਕਮਿਊਨਿਟੀ ਦੇ ਪ੍ਰਤੀ ਆਪਣੇ ਆਪ ਦੇ ਪ੍ਰਤੀ ਆਪਣੀ ਇਸ ਦੁਨੀਆ ਦੇ ਪ੍ਰਤੀ ਕੋਈ ਨਾ ਕੋਈ ਇਹੋ ਜਿਹਾ ਕੰਮ ਕਰਕੇ ਜਾਣਾ ਚਾਹੀਦਾ ਜਿਹਨੂੰ ਸਾਡ ਤੋਂ ਬਾਅਦ ਲੋਕ ਯਾਦ ਕਰਨ ਅਟਲੀਸਟ ਇੰਨਾ ਯਾਦ ਕਰਨ ਕਿ ਉਹਨੇ ਇੱਕ ਇਹ ਅੱਛਾ ਕੰਮ ਕੀਤਾ ਸੀ ਸੁਮਰੋਕ ਸਿੰਘ ਜੀ ਤੁਹਾਡਾ ਬਹੁਤ ਬਹੁਤ ਥੈਂਕਸ ਤੁਹਾਡਾ ਕਿ ਤੁਸੀਂ ਇੱਥੇ ਇਸ ਡਿਚ ਆਏ ਤੇ ਭਾਈ ਪਾਜੀ ਹੋਰ ਗੁਰਸ਼ਰਨ ਸਿੰਘ ਜੀ ਨਾਲ ਵਾਰੀ ਤੁਸੀਂ ਗੱਲਬਾਤ ਕੀਤੀ ਉਹਨਾਂ ਜਿੰਨੇ ਜ਼ਿੰਦਗੀ ਬਾਰੇ ਬਹੁਤ ਕੁਝ ਦੱਸਿਆ ਸੋ ਅਗਰ ਆਪਾਂ ਨੈਕਸਟ ਟਾਈਮ ਵੀ ਆਪਾਂ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਆਪਾਂ ਆਵਾਂਗੇ ਔਰ ਉਹਨਾਂ ਵਾਲੇ ਕੋ ਡਿਸਕਸ ਕਰਾਂਗੇ ਉਹ ਹੰਬਲ ਜਿਹੜੇ ਸਿੰਪਲੀ ਗ੍ਰੇਟਸ ਹੋਏ ਨੇ ਜਿਹੜੇ ਕਿ ਬਹੁਤ ਹੰਬਲ ਹੁੰਦੇ ਹੋਏ ਵੀ ਆਪਾਂ ਨੂੰ ਜ਼ਿੰਦਗੀ ਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੋਂ ਦਰਸ਼ਕੋ ਅੱਜ ਦਾ ਪ੍ਰੋਗਰਾਮ ਇੱਥੇ ਇਸਮਾਪਤ ਕਰਦੇ ਆਂ ਤੋਂ ਨੈਕਸਟ ਟਾਈਮ ਨੈਕਸਟ ਐਪੀਸੋਡ ਵਿੱਚ ਤੁਹਾਨੂੰ ਫੇਰ ਮਿਲਾਂਗੇ ਥੈਂਕ ਯੂ ਮਿਹਰਬਾਨੀ